ਕਿਸਾਨ ਸੰਘਰਸ਼ ਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਵਾਪਰ ਰਹੀਆਂ ਹਨ ਉੱਥੇ ਹੀ ਹੁਣ ਸਿਆਸਤ ਦੇ ਵੱਲ ਵੀ ਨਜ਼ਰ ਬਣੀ ਹੋਈ ਹੈ ਕਿ ਆਖਰ ਸਿਆਸਤਦਾਨ ਕੀ ਕਰ ਰਹੇ ਹੈ ਸੰਘਰਸ਼ਾਂ 'ਚੋਂ ਮੰਨਫੀ ਕਿਉਂ ਨੇ ਜਾਂ ਫਿਰ ਦਿੱਲੀ ਦੇ ਬਾਰਡਰਾਂ ਤੇ ਬਹੁਤੇ ਕਿਉਂ ਨਹੀਂ ਪਹੁੰਚ ਰਹੇ ਪਰ ਪੰਜਾਬ ਕਾਂਗਰਸ ਨੂੰ ਇੱਕ ਝਟਕਾ ਲੱਗਿਆ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਣਧੀਰ ਸਿੰਘ ਧੀਰਾ ਖੁੱਡੀਆਂ ਨੇ ਅਸਤੀਫਾ ਦੇ ਦਿੱਤਾ ਹੈ ਅਸਤੀਫਾ ਕਿਉਂ ਦਿੱਤਾ ਪੁੱਛਦੇ ਆ ਸਾਡੇ ਨਾਲ ਨੇ ਸਸਿਕਲ ਜੀ ਔਨਅਰ ਤੇ ਸਵਾਗਤ ਹੈ ਤੁਹਾਡਾ ਸਸਿਕਲ ਜੀ ਮਕਰ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਲਾਇਕ ਸਮਝਿਆ ਆਪਣੇ ਚੈਨਲ ਤੇ ਔਰ ਬਹੁਤ-ਬਹੁਤ ਤੁਹਾਨੂੰ ਵਧਾਈ ਜਿਹੜਾ ਨਵਾਂ ਚੈਨਲ ਤੁਸੀਂ ਚਲਾਇਆ ਜਿਹੜਾ ਕਿਸਾਨਾਂ ਦੀ ਆਵਾਜ਼ ਬਣ ਕੇ ਉੱਭਰ ਰਿਹਾ ਹੈ ਬਹੁਤ-ਬਹੁਤ ਉਸ ਦੀ ਵਧਾਈ ਦਿੰਦਾ ਔਰ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਮੈਂ ਪਿਛਲੇ ਜਿਸ ਦਿਨ ਤੋਂ ਕਿਸਾਨ ਯੂਨੀਅਨ ਨੇ ਸੰਘਰਸ਼ ਵਿੱਢਿਆ ਉਸ ਦਿਨ ਤੋਂ ਇੱਕ ਕਿਸਾਨ ਦਾ ਪੁੱਤਰ ਹੋਣ ਦੇ ਨਾਂ ਤੇ ਪਹਿਲੇ ਦਿਨ ਤੋਂ ਅਸੀਂ ਲੰਬੀ ਨੈਸ਼ਨਲ ਹਾਈਵੇ ਤੇ ਜਦੋਂ ਜਾਮ ਲਾਇਆ ਬਾਦਲ ਧਰਨੇ ਲੱਗੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਲੇਕਿਨ ਇੱਕ ਕਿਸਾਨ ਦਾ ਪੁੱਤਰ ਹੋਣ ਦੇ ਨਾਂ ਤੇ ਪਿੱਛੇ ਬੈਠ ਕੇ ਬਾਕੀ ਪਿੰਡ ਚੋਂ ਲੰਗਰ ਲਿਜਾ ਕੇ ਉੱਥੇ ਲੰਗਰ ਛਕਾਇਆ ਪਾਣੀ ਦਾ ਜਿਹੜੀਆਂ ਸ਼ਬੀਲਾਂ ਲਾਈਆਂ ਹੂੰ ਤਾਂ ਅੱਜ ਤੱਕ ਅਸੀਂ ਇਸ ਘੋਲ ਦੇ ਵਿੱਚ ਵੱਧ ਚੜ ਕੇ ਸੱਲ ਲੈਂਦੇ ਆ ਰਹੇ ਹਾਂ ਪਰ ਕਾਰਨ ਉਹਦਾ ਕਿਤੇ ਨਾ ਕਿਤੇ ਹੁੰਦਾ ਸੀ ਸਾਡੇ ਤੇ ਜੋ ਪਾਰਟੀ ਦਾ ਠੱਪਾ ਲੱਗਿਆ ਤਾਂ ਲੋਕ ਜਾਂ ਕਿਸਾਨ ਯੂਨੀਅਨ ਦੇ ਨਮਾਇंदे ਆਗੂ ਉਹ ਇਸ ਗੱਲ ਤੋਂ ਸਾਥੋਂ ਕੰਨੀ ਘਤਰਉਂਦੇ ਸੀ ਵੀ ਤੁਸੀਂ ਯਾਰ ਪੋਲਿਟੀਕਲ ਪਾਰਟੀ ਨਾਲੋਂ ਪਾਰਟੀ ਦੇ ਲੀਡਰੋਂ ਕਾਂਗਰਸ ਪਾਰਟੀ ਦਾ ਜਨਰਲ ਸੈਕਟਰੀ ਸੀਗਾ ਚਲੋ ਹਾਂ ਤਾਂ ਮੈਂ ਨਿਬਾਣਾ ਹੀ ਪਰ ਫਿਰ ਵੀ ਪਾਰਟੀ ਨੇ ਮੈਨੂੰ ਵੱਡਾ ਅਹੁਦਾ ਦਿੱਤਾ ਤਾਂ ਉਹ ਜਿਹੜਾ ਕਿਤੇ ਨਾ ਕਿਤੇ ਠੱਪਾ ਮੇਰੇ ਤੇ ਲੱਗਿਆ ਉਹ ਇਸ ਗੱਲ ਵਿੱਚ ਮੈਨੂੰ ੜਕਾ ਬਣਦਾ ਸੀ ਤਾਂ ਪਾਰਟੀ ਤੋਂ ਕੋਈ ਦਿੱਕਤ ਨਹੀਂ ਸੀ ਤੁਹਾਨੂੰ ਪਾਰਟੀ ਤੋਂ ਦੇਖੋ ਦਿੱਕਤ ਪਾਰਟੀ ਵਾਲੇ ਵੀ ਵਿੱਚ ਆ ਜਾਂਦੀ ਹੈ ਕਿਉਂਕਿ ਮੈਂ 30 ਸਾਲਾਂ ਤੋਂ ਪਾਰਟੀ ਨਾਲ ਲੱਗੇ ਆਂ ਸੇਵਾ ਕਰ ਰਿਹਾ ਮੈਂ ਸੇਵਾ ਹੀ ਕੀਤੀ ਹੈ ਲੋਕਾਂ ਜਿਹੜੇ ਗਰੀਬਾਂ ਦੇ ਨਾਲ ਖੜਾ ਉੱਥੇ ਬਹੁਤ ਵੱਡੀ ਤਾਕਤ ਹੈ ਤੁਹਾਨੂੰ ਪਤਾ ਹੈ ਬਾਦਲ ਪਰਿਵਾਰ ਹੈ ਉਹਨਾਂ ਨਾਲ ਸਾਡੀ ਲੜਾਈ ਹੈ ਸਾਡੇ ਲੋਕ ਉਹਨਾਂ ਨਾਲ ਜਿਹੜੇ ਸਾਡੇ ਨਾਲ ਖੜਦੇ ਆ ਉਹਨਾਂ ਦੇ ਝੂਠੇ ਪਰਚੇ ਪਾਏ ਜਾਂਦੇ ਸੀ ਤਾਂ ਅਸੀਂ ਉਹ ਸੰਘਰਸ਼ ਨੂੰ ਇੱਥੋਂ ਤੱਕ ਲਿਆਂਦਾ ਸਾਡੀ ਸਰਕਾਰ ਆਈ ਤਾਂ ਸਾਨੂੰ ਉਮੀਦਾਂ ਸੀ ਸਾਡੇ ਲੋਕਾਂ ਨੂੰ ਉਮੀਦਾਂ ਸੀ ਕੈਪਟਨ ਬਰਿੰਦਰ ਸਿੰਘ ਵੀ ਉੱਥੋਂ ਇਲੈਕਸ਼ਨ ਲੜੇ ਤਾਂ ਉਸ ਗੱਲ ਦੀ ਵੀ ਸਾਨੂੰ ਉਮੀਦਾਂ ਸੀ ਵੀ ਇਹ ਮੁੱਖ ਮੰਤਰੀ ਬਣਨਗੇ ਤਾਂ ਜਿਹੜੀਆਂ ਘਾਟਾਂ ਜਾਂ ਜਿਹੜੀਆਂ ਇਸ ਅਕਾਲੀ ਸਰਕਾਰ ਨੇ ਸਾਡੇ ਬੰਦੇ ਨਾਲ ਤੱਕੇ ਕਰੇ ਆ ਉਹਦੀ ਅਸੀਂ ਪਰਪਾਈ ਕਰ ਪਾਵਾਂਗੇ ਜਾਂ ਜਿਹੜੇ ਸਾਨੂੰ ਵਿਤਕਰੇ ਹੋਏ ਆ ਸਾਡੇ ਨਾਲ ਤਾਂ ਸਾਡੇ ਵਰਕਰਾਂ ਦੇ ਕੰਮ ਨਹੀਂ ਹੋਏ ਉਹ ਪੂਰੇ ਕਰਵਾ ਦੇਾਂਗੇ ਤਾਂ 4 ਸਾਲਾਂ ਵਿੱਚ ਜਲਾਲਤ ਤੋਂ ਬਿਨਾ ਮੱਕੜ ਸਾਹਿਬ ਕੁਝ ਨਹੀਂ ਮਿਲਿਆ ਤਾਂ ਜਦੋਂ ਸੇਵਾ ਹੀ ਕਰਨੀ ਹੈ ਇੱਕ ਪਾਰਟੀ ਦਾ ਠੱਪਾ ਲਵਾ ਕੇ ਤੇ ਫਿਰ ਉਹਦੇ ਨਾਲ ਬਿੱਤਰ ਹੈ ਅੱਜ ਕਿਸਾਨ ਸੰਘਰਸ਼ ਜਿਹਦੇ ਵਿੱਚ ਸਾਡੇ ਢਿੱਡ ਦਾ ਸਵਾਲ ਹੈ ਹੂੰ ਸਾਡੇ ਬੱਚਿਆਂ ਦੇ ਢਿੱਡ ਦਾ ਸਵਾਲ ਹੈ ਤਾਂ ਕਿਉਂ ਨਾ ਫਿਰ ਆਪਾਂ ਪਾਰਟੀ ਨੂੰ ਛੱਡ ਕੇ ਇਸ ਕਿਸਾਨ ਸੰਘਰਸ਼ ਵਿੱਚ ਅੱਗੇ ਹੋ ਕੇ ਲੜਾਈ ਲੜ ਗਏ ਤੇ ਇਹਨੂੰ ਲੋਕਾਂ ਨੂੰ ਵੱਧ ਤੋਂ ਵੱਧ ਇਹਦੇ ਵਿੱਚ ਪ੍ਰੇਰ ਕੇ ਲੈ ਕੇ ਆਗੇ ਹੂੰ ਔਰ ਅੱਜ ਮੈਂ ਮੈਨੂੰ 2-3 ਦਿਨ ਹੋ ਗਏ ਸਾਨੂੰ ਇੱਥੇ ਆਇਆ ਨੂੰ ਲੰਗਰ ਲਾਇਆ ਸੀ ਉਧਰ ਬਹਾਦਰਗੜ੍ਹ ਵਾਲੇ ਪਾਸੇ ਤਾਂ ਜਦੋਂ ਮੈਂ ਅਸਤੀਫਾ ਦੇ ਕੇ ਚੰਡੀਗੜ੍ਹ ਤੋਂ ਇੱਧਰ ਨੂੰ ਆਇਆ ਤਾਂ ਮੈਨੂੰ ਕੁੰਡਲੀ ਬਾਡਰ ਤੋਂ ਇਹ ਨਮੈਂਦਿਆਂ ਨੇ ਫੋਨ ਕਰਕੇ ਕਿਹਾ ਵੀ ਤੁਸੀਂ ਭਈ ਜ਼ਰੂਰ ਇੱਥੇ ਹਾਜ਼ਰੀ ਲਵਾਉਣੀ ਹੈ ਮੇਰਾ ਮਾਨ ਸਨਮਾਨ ਕੀਤਾ ਇਹਨਾਂ ਨੇ ਮੈਨੂੰ ਸਟੇਜ ਤੇ ਬਹੁਤ ਵੱਡੀ ਸਟੇਜ ਹੈ ਤੁਹਾਨੂੰ ਪਤਾ ਹੈ ਬਹੁਤ ਵੱਡਾ ਮੰਚ ਹੈ ਇਹ ਸਾਰੇ ਇੰਡੀਆ ਦਾ ਜਿਹੜੇ ਕਿਸਾਨ ਯੂਨੀਅਨ ਆ ਇੱਥੇ ਆ ਕੇ ਇਸ ਮੰਚ ਤੋਂ ਬੋਲਦੀਆਂ ਤਾਂ ਮੈਨੂੰ ਵੀ ਉਹਨਾਂ ਨੇ ਸਮਾਂ ਦਿੱਤਾ ਔਰ ਇਸ ਰੂਪਾ ਦੇ ਕੇ ਮੈਨੂੰ ਸਨਮਾਨਿਤ ਕੀਤਾ ਮੈਂ ਇਹਨਾਂ ਦਾ ਧੰਨਵਾਦੀ ਹਾਂ ਨਹੀਂ ਸਾਨੂੰ ਤਾਂ ਕਿਸਾਨ ਯੂਨੀਅਨ ਵਾਲੇ ਸਟੇਜ ਦੇ ਨੇੜੇ ਨਹੀਂ ਬਹਿਣ ਦਿੰਦੇ ਹੁਣ ਬੈਠਣ ਦੇ ਰਹੇ ਆ ਹੁਣ ਤੁਹਾਡੇ ਸਾਹਮਣੇ ਆ ਜੀ ਅੱਜ ਸਟੇਜ ਤੋਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਔਰ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਅੱਜ ਪਾਰਟੀਆਂ ਨੂੰ ਛੱਡ ਕੇ ਆਪਾਂ ਨੂੰ ਇਹ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਦੇਖੋ ਮੋਦੀ ਸਰਕਾਰ ਕਿੰਨਾ ਹੰਕਾਰ ਵਿੱਚ ਹੈ ਕਿੰਨੀਆਂ ਮੀਟਿੰਗਾਂ ਕਿਸਾਨਾਂ ਦੀਆਂ ਹੋ ਗਈਆਂ ਕੋਈ ਗੱਲ ਸਿਰੇ ਨਹੀਂ ਲੱਗ ਰਹੀ ਇਹ ਜਿਹੜੇ ਹੁਣ ਮੈਂ ਘਰਾਂ ਵਿੱਚ ਬੈਠੇ ਆ ਲੋਕ ਜਾਂ ਕੋਈ ਸਿਆਸੀ ਪਾਰਟੀਆਂ ਦਾ ਠੱਪਾ ਲਾ ਕੇ ਬੈਠੇ ਆ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਇੱਕ ਵਾਰੀ ਆਪ ਦਾ ਠੱਪਾ ਲਾ ਕੇ ਤੁਸੀਂ ਆ ਕੇ ਕਿਸਾਨਾਂ ਨਾਲ ਜੁੜੋ ਇਹ ਸੰਘਰਸ਼ ਨੂੰ ਵੱਦੋ ਵੱਦ ਜਿਹੜਾ ਆਪਾਂ ਪ੍ਰਹੁਲਤ ਕਰਕੇ ਇਥੋਂ ਜਿੱਤ ਪ੍ਰਾਪਤ ਕਰਕੇ ਜਾਗੇ ਇਹ ਜਿਹੜਾ ਮੇਰਾ ਮਕਸਦ ਸੀਗਾ ਹੁਣ ਅਸੀਂ ਲਗਾਤਾਰ ਸਾਡੇ ਦੋਸਤ ਅਸੀਂ ਦੋ ਤਿੰਨ ਗੱਡੀਆਂ ਉਧਰ ਲੈ ਕੇ ਆਏ ਆ ਜਿਹੜੀਆਂ ਲੰਗਰ ਲਾ ਰਹੇ ਆ ਚਾਹ ਦਾ ਲੰਗਰ ਚੱਲਦਾ ਸਾਥੀ ਸਾਡੇ ਉੱਥੇ ਬੈਠੇ ਆ ਤਾਂ ਕਿਸਾਨ ਯੂਨੀਅਨ ਦਾ ਝੰਡਾ ਲਾ ਕੇ ਅਸੀਂ ਉੱਥੇ ਲੋਕਾਂ ਨੂੰ ਲੰਗਰ ਛਕਾਵਾਂਗੇ ਕਿਉਂਕਿ ਜੇ ਪਹਿਲਾਂ ਅਸੀਂ ਲੰਗਰ ਛਕਾਉਂਦੇ ਸੀ ਤਾਂ ਉਹਨਾਂ ਨੇ ਕਹਿਣਾ ਸੀ ਕਾਂਗਰਸ ਦਾ ਲੰਗਰ ਹੈ ਅੱਜ ਅਸੀਂ ਕਿਸਾਨ ਯੂਨੀਅਨ ਦੇ ਝੰਡੇ ਥੱਲੇ ਇਥੇ ਲੋਕਾਂ ਦੀ ਸੇਵਾ ਕਰਾਂਗੇ ਉਹਦੇ ਨਾਲ ਮਨ ਨੂੰ ਸਕੂਨ ਹੋਊਗਾ ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਫੇਰ ਲੋਕਾਂ ਨੂੰ ਅਪੀਲ ਕਰਦਾ ਪੰਜਾਬ ਵਾਸੀਆਂ ਨੂੰ ਹਰਿਆਣਾ ਵਾਸੀਆਂ ਨੂੰ ਨੌਜਵਾਨਾਂ ਨੂੰ ਜਿਹੜੇ ਘਰਾਂ ਵਿੱਚ ਬੈਠੇ ਆ ਉਹਨਾਂ ਨੂੰ ਆ ਕੇ ਸੰਘਰਸ਼ ਵਿੱਚ ਕੁੱਦਣਾ ਚਾਹੀਦਾ ਇਥੇ ਲੋੜ ਆਜ ਉਹਨਾਂ ਦੀ ਕਿਉਂਕਿ ਪਹਿਲਾਂ ਵੀ ਬਹੁਤ ਵੱਡੀ ਤਦਾਦ ਵਿੱਚ ਆਪਣੇ ਲੋਕ ਆਏ ਬੈਠੇ ਆ ਪਰ ਹੋਰ ਲੋਕ ਜਿੰਨੇ ਘਰਾਂ ਵਿੱਚ ਬੈਠੇ ਆ 9 ਤਰੀਕ ਤੁਹਾਨੂੰ ਪਤਾ ਜਿਹੜੀ ਅਗਲੀ ਇਹਨਾਂ ਨੇ ਰੱਖਤੀ ਹੈ ਚਾਰ ਦਿਨਾਂ ਚ ਬਹੁਤ ਆਪਾਂ ਨੂੰ ਵੱਡੀ ਤਦਾਦ ਵਿੱਚ ਇੱਥੇ ਆ ਕੇ ਜੇ ਡੇਰਾ ਲਾ ਕੇ ਬੈਠਾਂਗੇ ਫੇਰ ਕੋਈ ਮਾੜੀ-ਮੋਟੀ ਇਹਨਾਂ ਦੇ ਕੰਨ ਦੇ ਜੂੰ ਸਰਕੂਗਾ ਨਹੀਂ ਤੁਹਾਨੂੰ ਪਤਾ ਇਹ ਹੰਕਾਰੀ ਬੰਦੇ ਐ ਕਿੱਥੇ ਇਹਨਾਂ ਨੇ ਆਪਾਂ ਨੂੰ ਆਪਣੇ ਗੱਲਬਾਤ ਚ ਇਹਨਾਂ ਨੇ ਉਲਝਾ ਲੈਣਾ ਆਪਾਂ ਨੂੰ ਤਾਂ ਲੋਕਾਂ ਨੂੰ ਮੈਂ ਅਪੀਲ ਕਰਦਾ ਤੁਹਾਡੇ ਚੈਨਲ ਦੇ ਮਾਧਮ ਰਹੀਂ ਵੀ ਵੱਧ ਤੋਂ ਵੱਧ ਇੱਥੇ ਆਓ ਤੇ ਆ ਕੇ ਜਿਹੜਾ ਕੈਰੀਅਰ ਹੁਣ ਤੁਹਾਡਾ ਖਤਮ ਹੈ ਕਿ ਅੱਗੇ ਦੀ ਅਗਾਹ ਸੋਚੋਗੇ ਨਹੀਂ ਦੇਖੋ ਸਿਆਸੀ ਕੈਰੀਅਰ ਮੇਰਾ ਮੈਂ ਜਿਹੜੀ ਸਿਆਸਤ ਨੂੰ ਇੱਕ ਸੇਵਾ ਕੀਤੀ ਹੈ ਹੂੰ ਜੇ ਮੈਂ ਸਿਆਸੀ ਕੈਰੀਅਰ ਬਣਾਉਣਾ ਚਾਹੁੰਦਾ ਮੈਨੂੰ ਬਹੁਤ ਪਹਿਲਾਂ ਮੈਂ ਟਿਕਟ ਵੀ ਲੈ ਲੰਦਾ ਮੈਨੂੰ ਆਫਰ ਵੀ 2-3 ਵਾਰ ਆਈ ਟਿਕਟ ਦੀ ਲੇਕਿਨ ਸਾਡੇ ਗਰੁੱਪ ਦੀ ਗੱਲ ਹੁੰਦੀ ਸੀ ਸਾਡੇ ਲੀਡਰ ਜਿਹੜੇ ਹੁੰਦੇ ਸੀ ਆਪਣਾ ਹੁੰਦਾ ਸੀ ਵੀ ਠੀਕ ਆ ਇਹ ਅੱਗੇ ਲੱਗੇ ਆ ਪਰ ਮੈਂ ਸੇਵਾ ਕਰੀ ਹੈ ਪਾਰਟੀ ਨੇ ਮੈਨੂੰ ਅਹੁਦੇ ਦਿੱਤੇ ਆ ਮੈਂ ਐਨਸੀਯੂਆਈ ਤੋਂ ਚੱਲਿਆ ਐਨਸੀਯੂਆਈ ਯੂਥ ਕਾਂਗਰਸ ਬਲਾਕ ਜ਼ਿਲ੍ਹਾ ਯੂਥ ਕਾਂਗਰਸ ਪੰਜਾਬ ਯੂਥ ਕਾਂਗਰਸ ਦਾ ਮੈਂ ਜਨਰਲ ਸੈਕਟਰੀ ਫਿਰ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਰਮਿੰਦਰ ਆਮਲਾ ਜੀ ਔਰ ਅਸ਼ੋਕ ਤਮਰ ਜੀ ਹੋਰਾਂ ਨੇ ਮੈਨੂੰ ਬਣਾਇਆ ਬਿਜੇਂਦਰ ਸਿੰਘਲਾ ਜੀ ਹਰ ਨਾਲ ਕੰਮ ਕਰਿਆ ਬਹੁਤ ਮਾਨ ਸਨਮਾਨ ਦਿੱਤਾ ਉਸ ਤੋਂ ਬਾਅਦ ਕਾਂਗਰਸ ਨੇ ਪਾਰਟੀ ਨੇ ਮੈਨੂੰ ਸਕੱਤਰ ਬਣਾਤਾ ਪੰਜਾਬ ਦਾ ਕਿੰਨੇ ਸਾਲਾਂ ਦੀ ਸਾਂਝ ਤੋੜੀ ਏ ਮੈਨੂੰ 1992 ਤੋਂ ਲੈ ਕੇ ਚੱਲਿਆ ਜੀ ਮੈਂ 92 ਜਦੋਂ ਕਾਲਾ ਦੌਰ ਜਦੋਂ 22 ਸਾਲ ਦੀ ਸਾਂਝ ਤੋੜੀ ਏ ਤੁਹਾਨੂੰ ਲੱਗਿਆ ਵੀ ਜਿੱਥੇ ਭਾਜੀਪੀ ਤੇ ਸਵਾਲ ਹੋ ਰਹੇ ਆ ਅਕਾਲੀ ਦਲ ਤੇ ਸਵਾਲ ਹੋਏ ਕਾਂਗਰਸ ਦੀਆਂ ਵੀ ਕੋਈ ਕਮੀਆਂ ਰਹੀਆਂ ਇਹਨਾਂ ਬਿਲਾਂ ਦੇ ਵਿੱਚ ਜਦੋਂ ਲਾਗੂ ਹੋਏ ਤਾਂ ਉੱਥੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਾਂ ਫਿਰ ਸੈਂਟਰ ਦੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਆਪਦਾ ਰੋਲ ਪਲੇ ਨਹੀਂ ਕਰ ਪਾਏ ਦੇਖੋ ਉਹਦੇ ਚ ਬਹੁਤਾ ਨਹੀਂ ਮੈਨੂੰ ਪਤਾ ਪਰ ਕਿਤੇ ਨਾ ਕਿਤੇ ਕਮੀ ਸਾਡੀ ਪਾਰਟੀ ਤੋਂ ਵੀ ਰਹੀ ਹੈ ਪਰ ਫੇਰ ਵੀ ਅਸੀਂ ਦੇਖੋ ਹਜੇ ਵੀ ਤੁਸੀਂ ਸਾਡੀ ਪਾਰਟੀ ਕਹਿ ਰਹੇ ਹੋ ਚਲੋ ਇਸ ਤੋਂ ਪਹਿਲਾਂ ਸਾਡੀ ਪਾਰਟੀ ਸੀ ਕਾਂਗਰਸ ਪਾਰਟੀ ਮੈਂ ਕਹਿੰਦਾ ਕਾਂਗਰਸ ਪਾਰਟੀ ਤੋਂ ਰਹੀ ਹੈ ਕੈਪਟਨ ਬਰਿੰਦਰ ਸਿੰਘ ਹੋਰਾਂ ਤੋਂ ਰਹੀ ਹੋਣੀ ਹੈ ਕਿਉਂਕਿ ਉਹਨਾਂ ਨੇ ਇਹਨੂੰ ਲਾਈਟਲੀ ਲੈ ਲਿਆ ਵੀ ਸ਼ਾਇਦ ਇਹ ਬਿੱਲ ਨਾ ਲਾਗੂ ਹੋਣ ਇਹ ਹੋ ਸਕਦਾ ਕੋਈ ਵੈਸੇ ਹੋ ਜੇ ਪਰ ਉਸ ਤੋਂ ਬਾਅਦ ਅਸੀਂ ਇਸ ਕਿਸਾਨ ਸੰਘਰਸ਼ ਚ ਆ ਗਏ ਸੀ ਹੂੰ ਚਲੋ ਪਾਰਟੀ ਵਾਲੀਆਂ ਗੱਲਾਂ ਫਿਰ ਹੁਣ ਆਪਾਂ ਪਾਰਟੀ ਤੋਂ ਵੀ ਛੁੱਟੀ ਲੈ ਲਈ ਐ ਵੀ ਭਾਈ ਗੱਲ ਵਧਾ ਹੁਣ ਠੀਕ ਐ ਬਹੁਤ ਸੇਵਾ ਕਰ ਲਈ ਹੁਣ ਕਿਸਾਨਾਂ ਦੀ ਸੇਵਾ ਕਰਨੀ ਐ ਕੋਈ ਮੈਨੂੰ ਬਹੁਤ ਫੋਨ ਵੀ ਆਏ ਤੁਹਾਨੂੰ ਪਤਾ ਹੀ ਐ ਜਦੋਂ ਕੋਈ ਇਹੋ ਜਿਹੀ ਬਾਣਾ ਵਾਪਰਦਾ ਆਪਣਾ ਜ਼ਿਲ੍ਹਾ ਪੋਲੀਟਿਕਲ ਹੀ ਐ ਉਤੋਂ ਵੀ ਲੋਕਾਂ ਨੂੰ ਐ ਲੱਗਦਾ ਵੀ ਹੁਣ ਕੀ ਹੋਊਗਾ ਕਿੱਧਰ ਨੂੰ ਜਾਊ ਕਿੱਧਰ ਨੂੰ ਮੈਂ ਕਿਸੇ ਪਾਸੇ ਨਹੀਂ ਜਾਣਾ ਮੈਂ ਨਰੋਲ ਕਿਸਾਨਾਂ ਦੇ ਸੰਘਰਸ਼ ਵਿੱਚ ਕਿਸਾਨ ਯੂਨੀਅਨਾਂ ਦੇ ਨਾਲ ਲੱਗ ਕੇ ਵਦ ਤੋਂ ਵਦ ਮੈਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਹ ਇਸ ਕਿਸਾਨ ਜਿੰਨੇ ਜਰ ਕਿਸਾਨ ਸੰਘਰਸ਼ ਚੱਲੂਗਾ ਇਹਦੀ ਜਿੱਤ ਕੇ ਅਸੀਂ ਘਰੇ ਨਹੀਂ ਜ ਨਜ਼ਰ ਮੁੜਦੇ ਉਹਨਾਂ ਜਰ ਮੈਂ ਕਿਸਾਨ ਸੰਘਰਸ਼ ਦੇ ਨਾਲ ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ ਔਰ ਉਮੀਦ ਕਰਦੇ ਹਾਂ ਗੱਲਾਂ ਕਹਿ ਰਹੇ ਹੋ ਤੇ ਖਰਾ ਉਤਰੋਗੇ ਬਿਲਕੁਲ ਉਤਰਾਂਗੇ ਜੀ ਬਿਲਕੁਲ ਪਹਿਲਾਂ ਵੀ ਕਦੇ ਨਹੀਂ ਭੱਜੇ ਇਸ ਕਰਕੇ ਮੈਂ ਇੱਕ ਲਾਈਨ ਜੁਣੀ ਹੈ ਮੈਂ ਦੋ ਲੈਣਾ ਚ ਵੀ ਹੁਣ ਤਾਈ ਕੰਮ ਕਰਦਾ ਆ ਉੱਥੇ ਵੀ ਕਿਸਾਨ ਨਹੀਂ ਹੁੰਦੇ ਮੈਂ ਦਰੀਆਂ ਵੀ ਕੱਟੀਆਂ ਕਰੀਆਂ ਪਰ ਮੂੰਹ ਬੰਨ ਕੇ ਕਰੀਆਂ ਤੁਸੀਂ ਸ਼ਾਇਦ ਇੱਕ ਦੋ ਮੇਰੀਆਂ ਫੋਟੋਆਂ ਮੈਂ ਵਾਇਰਲ ਕਰਤੀਆਂ ਸੀ ਉੱਤੇ ਲੋਕਾਂ ਨੇ ਅਸੀਂ ਇਸ ਕਰਕੇ ਮੂੰਹ ਬੰਨ ਕੇ ਟੱਕ ਕੇ ਬੰਦੇ ਸੀ ਵੀ ਯਾਰ ਕੋਈ ਐ ਨਾ ਕਵੇ ਵੀ ਯਾਰ ਹਾਂ ਇਹ ਇੱਥੇ ਕੋਈ ਆਪਦੀ ਫੋਟੋ ਖਚਾਉਣਾ ਆ ਜਾਂ ਉਹ ਕਰਕੇ ਆਇਆ ਪਰ ਹੁਣ ਮੈਨੂੰ ਇਹ ਲੱਗਿਆ ਵੀ ਮੈਨੂੰ ਪਾਰਟੀ ਤੋਂ ਛੁੱਟੀ ਲੈਣੀ ਚਾਹੀਦੀ ਹੈ ਪਉਣ ਪਾਰਟੀ ਤੋਂ ਅਸਤੀਫਾ ਦੇ ਕੇ ਮੈਨੂੰ ਹੁਣ ਕਿਸਾਨਾਂ ਨਾਲ ਹੀ ਖੜਨਾ ਚਾਹੀਦਾ ਇੱਕ ਲਾਈਨ ਖਿੱਚ ਕੇ ਹੁਣ ਕਿਸਾਨਾਂ ਦੇ ਨਾਲ ਖੜੇ ਆ ਕੋਈ ਇਸ ਗੱਲ 'ਚ ਮਤਲਬ ਆਪਾਂ ਪਿੱਛੇ ਨਹੀਂ ਹਟਾਂਗੇ। ਇਹ ਜਿਹੜਾ ਅੱਜ ਮੈਨੂੰ ਆਂਧਨੇ ਸਰੂਪਾ ਦਿੱਤਾ ਹੈ ਇਹਦਾ ਮੈਂ ਪੂਰਾ ਮਾਨ ਸਨਮਾਨ ਕਰਕੇ ਇਹਦੀ ਲਾਜਪਤ ਮੈਂ ਰੱਖੂਗਾ ਤੇ ਉਮੀਦ ਕਰਦਾ ਵੀ ਅਸੀਂ ਇਹ ਕਿਸਾਨ ਸੰਘਰਸ਼ ਪਰਮਾਤਮਾ ਸਾਡੇ ਤੇ ਮਿਹਰ ਭਰੇ ਹੱਥ ਰੱਖ ਕੇ ਆਪਣੇ ਸਾਰਿਆਂ ਤੇ ਇਹ ਇੱਕ ਸੰਘਰਸ਼ ਆਪਾਂ ਜਿੱਤ ਗਏ। ਦੇਖੋ ਨਾ ਇਹ ਚਿੱਟਾ ਹੈ ਨਾ ਨੀਲਾ ਹੈ ਨਾ ਇਹ ਬਸੰਤੀ ਹੈ। ਇਹ ਹਰਾ ਹੈ ਕ੍ਰਾਂਤੀ ਵਾਲਾ ਕਿਸਾਨ ਦਾ। ਕਿਸਾਨ ਦਾ ਜੀ ਕਿਸਾਨ ਦਾ ਮੈਂ ਕਿਸਾਨ ਦੇ ਨਾਲ ਖੜਾ ਹਾਂ ਜੀ। ਬਹੁਤ ਧੰਨਵਾਦ। ਸੋ ਇਹ ਇਹਨਾਂ ਨੇ ਅਸਤੀਫਾ ਦਿੱਤਾ ਕਾਂਗਰਸ ਤੋਂ ਲਗਭਗ 30 ਸਾਲ ਇਹ ਕਹਿ ਰਹੇ ਆ ਕਿ ਮੈਂ ਬਤਾਏ ਔਰ ਅੱਜ ਮੈਂ ਉਸ ਪਾਰਟੀ ਤੋਂ ਅਸਤੀਫਾ ਦਿੰਦਾ ਸਿਰਫ ਕਿਸਾਨੀ ਪਿੱਛੇ ਔਰ ਸਿਆਸੀ ਕਰੀਅਰ ਕਹਿੰਦੇ ਆ ਕਿ ਮੈਂ ਬਾਦ ਦੀਆਂ ਗੱਲਾਂ ਨੇ ਇਹ ਕੈਮਰਾ ਪਰਸਨ ਕੁਲਦੀਪ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਔਨ 에ਅਰ ਸਿੰਘੂ ਬਾਰਡਰ